ਅੱਜ ਦੀ ਕਹਾਣੀ ਰਿਸ਼ੀ ਤੇ ਚੂਹਾ। ਇੱਕ ਜੰਗਲ ਵਿੱਚ ਇੱਕ ਰਿਸ਼ੀ ਰਹਿੰਦਾ ਸੀ। ਉਸਦੇ ਡੇਰੇ ਵਿੱਚ ਇੱਕ ਚੂਹਾ ਵੀ ਕਾਫੀ ਸਮੇਂ ਤੋਂ ਰਹਿ ਰਿਹਾ ਸੀ। ਇਹ ਚੂਹਾ ਰਿਸ਼ੀ ਨੂੰ ਬਹੁਤ ਪਿਆਰ ਕਰਦਾ ਸੀ। ਜਦੋਂ ਉਹ ਤਪੱਸਿਆ ਵਿੱਚ ਲੀਨ ਹੋ ਜਾਂਦਾ ਸੀ ਤਾਂ ਉਹ ਖੁਸ਼ੀ ਨਾਲ ਉਸਦੇ ਕੋਲ ਬੈਠ ਜਾਂਦਾ ਸੀ ਅਤੇ ਭਜਨ ਸੁਣਦਾ ਸੀ। ਭਾਵੇਂ ਉਹ ਆਪ ਵੀ ਰੱਬ ਦੀ ਭਗਤੀ ਕਰਨ ਲੱਗ ਪਿਆ ਸੀ, ਪਰ ਉਹ ਹਮੇਸ਼ਾ ਕੁੱਤਿਆਂ, ਬਿੱਲਿਆਂ, ਬਾਜਾ, ਕਾਂ ਆਦਿ ਤੋਂ ਡਰਦਾ ਰਹਿੰਦਾ। ਇੱਕ ਵਾਰ ਰਿਸ਼ੀ ਦੇ ਮਨ ਵਿੱਚ ਉਸ ਚੂਹੇ ਤੇ ਬਹੁਤ ਤਰਸ ਆਇਆ। ਉਹ ਸੋਚਣ ਲੱਗਾ ਕਿ ਇਹ ਗਰੀਬ ਚੂਹਾ ਹਰ ਵੇਲੇ ਡਰਿਆ ਰਹਿੰਦਾ ਹੈ, ਕਿਉਂ ਨਾ ਇਸ ਨੂੰ ਸ਼ੇਰ ਬਣਾ ਦਿੱਤਾ ਜਾਵੇ ਤਾਂ ਜੋ ਇਸ ਗਰੀਬ ਦਾ ਡਰ ਦੂਰ ਹੋ ਜਾਵੇ ਅਤੇ ਉਹ ਹਰ ਪਾਸੇ ਨਿਡਰ ਹੋ ਕੇ ਘੁੰਮ ਸਕੇ। ਰਿਸ਼ੀ ਸੰਪੂਰਨ ਸਨ ਅਤੇ ਮਹਾਨ ਬ੍ਰਹਮ ਸ਼ਕਤੀ ਦੇ ਮਾਲਕ ਸਨ। ਉਸਨੇ ਆਪਣੀ ਤਾਕਤ ਦੇ ਜ਼ੋਰ ਨਾਲ ਉਸ ਚੂਹੇ ਨੂੰ ਸ਼ੇਰ ਦਾ ਰੂਪ ਦੇ ਦਿੱਤਾ ਅਤੇ ਸੋਚਣ ਲੱਗਾ ਕਿ ਹੁਣ ਇਹ ਚੂਹਾ ਕਿਸੇ ਜਾਨਵਰ ਤੋਂ ਨਹੀਂ ਡਰੇਗਾ ਅਤੇ ਪੂਰੇ ਜੰਗਲ ਵਿੱਚ ਨਿਡਰ ਹੋ ਕੇ ਘੁੰਮ ਸਕੇਗਾ। ਪਰ ਜਿਵੇਂ ਹੀ ਚੂਹੇ ਵਿੱਚ ਬਦਲਾਵ ਆਇਆ, ਸ਼ੇਰ ਚੂਹੇ ਦੀ ਸਾਰੀ ਸੋਚ ਬਦਲ ਗਈ। ਉਹ ਸਾਰੇ ਜੰਗਲ ਵਿੱਚ ਨਿਡਰ ਹੋ ਕੇ ਘੁੰਮਦਾ ਰਿਹਾ। ਹੁਣ ਸਾਰੇ ਜਾਨਵਰ ਉਸ ਤੋਂ ਡਰ ਗਏ ਅਤੇ ਉਸ ਨੂੰ ਸਲਾਮ ਕਰਨ ਲੱਗੇ, ਉਸਦੀ ਜੈ ਜੈਕਾਰ ਹੋਣ ਲੱਗੀ। ਪਰ ਰਿਸ਼ੀ ਨੂੰ ਪਤਾ ਸੀ ਕਿ ਇਹ ਸਿਰਫ ਚੂਹਾ ਸੀ, ਅਸਲ ਵਿੱਚ ਸ਼ੇਰ ਨਹੀਂ। ਇਸ ਲਈ ਰਿਸ਼ੀ ਉਸ ਨੂੰ ਚੂਹਾ ਸਮਝ ਕੇ ਹੀ ਵਿਵਹਾਰ ਕਰਦਾ ਸੀ। ਚੂਹੇ ਨੂੰ ਇਹ ਗੱਲ ਚੰਗੀ ਨਹੀਂ ਲੱਗੀ ਕਿ ਕੋਈ ਉਸ ਨਾਲ ਚੂਹਾ ਸਮਝੇ। ਉਹ ਸੋਚਣ ਲੱਗਾ ਕਿ ਅਜਿਹੀ ਸਥਿਤੀ ਵਿੱਚ ਹੋਰ ਜਾਨਵਰਾਂ ਤੇ ਵੀ ਬੁਰਾ ਅਸਰ ਪਵੇਗਾ। ਲੋਕ ਉਸਦੀ ਇੱਜ਼ਤ ਕਰਨ ਨਾਲੋਂ ਜ਼ਿਆਦਾ ਉਸ ਨੂੰ ਨਫ਼ਰਤ ਅਤੇ ਨਿਰਾਦਰ ਕਰਨ ਲੱਗ ਜਾਣਗੇ। ਤਾਂ ਚੂਹੇ ਨੇ ਸੋਚਿਆ, ਕਿਉਂ ਨਾ ਇਸ ਰਿਸ਼ੀ ਨੂੰ ਮਾਰ ਦਿੱਤਾ ਜਾਵੇ। ਨਾ ਕੋਈ ਬਾਂਸ ਬਚੇਗਾ, ਨਾ ਕੋਈ ਬੰਸਰੀ ਬਜਾਏਗਾ। ਇਹ ਸੋਚ ਕੇ ਉਹ ਰਿਸ਼ੀ ਨੂੰ ਮਾਰਨ ਲਈ ਤੁਰ ਪਿਆ। ਜਿਵੇਂ ਹੀ ਰਿਸ਼ੀ ਨੇ ਗੁੱਸੇ ਵਿੱਚ ਆਏ ਸ਼ੇਰ ਨੂੰ ਆਪਣੇ ਵੱਲ ਆਉਂਦਾ ਦੇਖਿਆ, ਉਹ ਸਮਝ ਗਿਆ ਕਿ ਉਸ ਦੇ ਮਨ ਵਿੱਚ ਕੀ ਹੈ। ਉਸ ਨੂੰ ਸ਼ੇਰ ਤੇ ਬਹੁਤ ਗੁੱਸਾ ਆਇਆ। ਇਸ ਲਈ ਉਸਦੇ ਹੰਕਾਰ ਨੂੰ ਤੋੜਨ ਲਈ ਰਿਸ਼ੀ ਨੇ ਇੱਕ ਵਾਰ ਫਿਰ ਉਸ ਨੂੰ ਆਪਣੀ ਬ੍ਰਹਮ ਸ਼ਕਤੀ ਨਾਲ ਚੂਹੇ ਵਿੱਚ ਬਦਲ ਦਿੱਤਾ। ਸਿੱਖਿਆ: ਦੋਸਤੋ, ਸਾਨੂੰ ਕਦੇ ਵੀ ਆਪਣੇ ਸ਼ੁਭਚਿੰਤਕਾਂ ਨੂੰ ਨੁਕਸਾਨ ਨਹੀਂ ਪਹੁੰਚਾਉਣਾ ਚਾਹੀਦਾ। ਭਾਵੇਂ ਅਸੀਂ ਕਿੰਨੇ ਵੀ ਤਾਕਤਵਰ ਹੋ ਜਾਈਏ, ਸਾਨੂੰ ਉਹਨਾਂ ਲੋਕਾਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਜਿਨ੍ਹਾਂ ਨੇ ਸਾਡੇ ਮਾੜੇ ਸਮੇਂ ਵਿੱਚ ਸਾਡਾ ਸਾਥ ਦਿੱਤਾ। ਇਸ ਤੋਂ ਇਲਾਵਾ ਸਾਨੂੰ ਆਪਣੇ ਅਤੀਤ ਨੂੰ ਵੀ ਭੁੱਲਣਾ ਨਹੀਂ ਚਾਹੀਦਾ। ਜੇਕਰ ਚੂਹੇ ਨੂੰ ਆਪਣੀ ਅਸਲੀਅਤ ਯਾਦ ਹੁੰਦੀ ਤਾਂ ਉਸ ਨੂੰ ਮੁੜ ਚੂਹਾ ਨਾ ਬਣਨਾ ਪੈਂਦਾ। ਵੀਡੀਓ ਵਧੀਆ ਲੱਗੇ ਤਾਂ ਲਾਈਕ, ਸਬਸਕ੍ਰਾਈਬ, ਸ਼ੇਅਰ ਜ਼ਰੂਰ ਕਰ ਦਿਓ। ਮਿਲਦੇ ਹਾਂ ਅਗਲੀ ਵੀਡੀਓ ਵਿੱਚ, ਤਦ ਤੱਕ ਲਈ ਧੰਨਵਾਦ।